ਆਪਣੇ ਤੌਰ ਤੇ ਜਿਹੜੀ ਐਲ ਐਮ ਆਈ ਵੀ ਹੈਗੀ ਉਹ ਉਹ ਵੀ ਦੋ ਤਰ੍ਹਾਂ ਦੀ ਹੈ ਈਦਰ ਉਹ ਹੈਗੀ ਹੈ এমਪਲॉयमेंट ਬੇਸ ਸਪਾਂਸਰਸ਼ਿਪ ਜਾਂ এমਪਲॉययर ਡਰਾਈਵਨ ਜੀ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜੌਬ ਕਰਨੀ ਪੈਂਦੀ ਹੈ ਕਿਤੇ ਜੌਬ ਆਫਰ ਹਾਸਲ ਕਰਨੀ ਪੈਂਦੀ ਹੈ ਸੈਕੰਡ ਚੁਆਇਸ ਹੁੰਦੀ ਹੈ ਤੁਹਾਡੇ ਕੋਲ ਤੁਸੀਂ ਆਪਣੇ ਤੌਰ ਤੇ ਵੀ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਆਪ ਨੂੰ ਨਾਮਿਨੇਟ ਕਰ ਸਕਦੇ ਹੋ ਸੈਕੰਡ ਜਿਹੜੀ ਜਿਹੜੀ ਆਪਾਂ ਨੈਨੀ ਪ੍ਰੋਗਰਾਮ ਦੀ ਗੱਲ ਕਰਦੇ ਸੀ ਆ ਪ੍ਰੋਗਰਾਮ ਬਹੁਤ ਵਧੀਆ ਪਰ ਸਰਕਾਰ ਨੇ ਇੱਕੋ ਚੀਜ਼ ਉਚ 네ਗੇਟਿਵ ਕੀਤੀ ਹੈ ਜਿਹੜਾ ਉਹਨੂੰ ਕੈਪ ਕਰਤਾ ਆ ਸਿਰਫ ਲਿਮਿਟਡ ਅਪਲੀਕੇਸ਼ਨਸ ਆ ਜਿਹੜੀ ਕੇ ਸਰਕਾਰ ਲੈਂਦੀ ਹੈ 5500 ਅਪਲੀਕੇਸ਼ਨ ਸਾਲ ਚ ਲੈਂਦੀ ਹੈ ਜੀ ਉਹਨਾਂ ਨੇ ਟਰਕਿੰਗ ਦਾ ਲਾਇਸੈਂਸ ਲੈਣਾ ਤਾਂ ਇਹ ਵੀ ਇੱਕ ਕੰਪੋਨੈਂਟ ਦੇ ਤੌਰ ਤੇ ਇੱਕ ਐਡੀਸ਼ਨ ਹੈ ਸੇਫ ਸੇਫ ਡਰਾਈਵਿੰਗ ਨੂੰ ਲੈ ਕੇ ਨਾਓ ਉਸ ਤੋਂ ਬਾਅਦ ਉਹਨਾਂ ਨੂੰ ਕੰਪਲੀਟ ਲਾਇਸੈਂਸ ਮਿਲਦਾ ਜਿਹੜੀ 50 ਪੁਆਇੰਟਸ ਦੀ ਗੱਲ ਕਰਦੇ ਨੇ ਉਹ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਨੇ ਨਾਓ ਜਿਹੜਾ ਸਕਿੱਲ ਟ੍ਰੇਡ ਵਰਕਰ ਉਹਦੇ ਚ ਟਰੱਕ ਡਰਾਈਵਰਜ਼ ਨੂੰ ਸ਼ਾਮਿਲ ਕੀਤਾ ਟਰੱਕ ਡਰਾਈਵਰਜ਼ ਦੇ ਨਾਲ ਸਰਕਾਰ ਨੇ 101 ਓਕਿਊਪੇਸ਼ਨ ਸ਼ਾਮਿਲ ਕੀਤੇ ਨੇ ਉਹਦੇ ਵਿੱਚ ਤੋ ਉਹਨਾਂ ਚ ਕਈਆਂ ਜਿਹੜੀਆਂ ਆ ਓਕਿਪੇਸ਼ਨਸ ਇਹਨਾਂ ਦਾ ਪਾਥਵੇ ਬੜਾ ਕਲੀਅਰ ਹੈ ਜਿਵੇਂ ਇਲੈਕਟ੍ਰੀਸ਼ੀਅਨ ਹੋ ਗਏ ਜਾਂ ਪਲੰਬਰ ਹੋ ਗਏ ਇਹਨਾਂ ਦਾ ਪਾਥਵੇ ਬੜਾ ਕਲੀਅਰ ਹੈਗਾ ਵੀ ਤੁਸੀਂ ਆਪਣੇ ਆਪ ਨੂੰ ਜਿਹੜੀ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਉਹ ਕਿਸ ਤਰ੍ਹਾਂ ਲੈਣੀ ਹੈ ਇੱਕ ਸਿਸਟਮੈਟਿਕ ਫੇਲਰ ਹੈਗਾ ਗਵਰਨਮੈਂਟ ਦਾ ਯੈਸ ਜਿਹੜੀ ਪ੍ਰੋਗਰਾਮ ਦੇ ਇੰਟੈਂਟ ਨੇ ਜੇ ਸਰਕਾਰ ਉਹ ਤੋਂ ਡਿਵੀਏਟ ਕਰੇਗੀ ਮੈਂ ਸਟੂਡੈਂਟ ਵੀਜ਼ਾ ਦਾ ਐਗਜ਼ਾਮਪਲ ਲੈ ਲਵਾਂ ਇਹ ਇੰਨੀ ਨਾਖੁਸ਼ੀ ਤਾਂ ਆ ਇਨਕਰੀਡੈਂਸ ਦੇ ਵਿੱਚ ਬਿਕਾਜ਼ ਸਟੂਡੈਂਟ ਜਿਹੜਾ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਹੈ ਉਹਦੀ ਇੱਕ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ ਉਹਨੂੰ ਮੀਟ ਕਰਕੇ ਹੀ ਉਹ ਦਾਖਲ ਹੁੰਦਾ ਹੈ ਉੱਥੇ ਹੀ ਉਹਦੀ ਸਹੀ ਇੰਟੈਂਟ ਵੀ ਸਟੈਬਲਿਸ਼ ਹੁੰਦੀ ਹੈ ਮੇਰਾ ਸਿੰਪਲ ਸ਼ਬਦਾਂ ਸਮਝਾਉਣਾ ਹੋਵੇ ਵੀ ਜਿਹੜੇ ਪਰਿਵਾਰ ਕਿਸੇ ਫੋਰਨ ਕੰਟਰੀ 'ਚ ਆਪਣੇ ਬੱਚੇ ਨੂੰ ਪੜਾਉਣਾ ਅਫੋਰਡ ਕਰਦੇ ਨੇ ਉਹਦੇ ਲਈ ਇਹ ਪ੍ਰੋਗਰਾਮ ਸੀ ਆ ਜਸਵੰਤ ਸਿੰਘ ਜੀ ਦਾ ਸਵਾਲ ਸੀਗਾ ਕਿ ਫਾਰਮ ਵਰਕਰ ਦੇ ਤੌਰ ਤੇ ਆਈ ਥਿੰਕ ਉਹਨਾਂ ਦੇ ਬ੍ਰਦਰ ਆਏ ਨੇ ਜਾਂ ਉਹ ਖੁਦ ਨੇ ਮੈਨੂੰ ਕਲੀਅਰ ਨਹੀਂ ਹੈਗਾ ਕਹਿੰਦੇ ਹੁਣ ਫਾਰਮ ਵਰਕਰ ਦੇ ਤੌਰ ਤੇ ਉਹ ਕੈਨੇਡਾ ਦੇ ਵਿੱਚ ਹੀ ਨੇ ਤੇ ਓਪਨ ਫੈਮਲੀ ਵਰਕ ਪਰਮਿਟ ਉਹ ਆਪਣੀ ਵਾਈਫ ਦਾ ਤੇ ਉਹਨਾਂ ਦੀ ਫੈਮਲੀ ਦਾ ਅਪਲਾਈ ਕਰਨਾ ਚਾਹੁੰਦੇ ਨੇ ਫੈਮਲੀ ਇੰਡੀਆ ਹੈ ਤਾਂ ਕਿਵੇਂ ਕਰ ਸਕਦੇ ਹਰ ਪਖ ਨੂੰ ਮਿਲਦੀ ਹੈ ਆਵਾਜ਼ ਹੁੰਦਾ ਹੈ ਰਾਸ਼ਨੀ ਦਾਗਾ ਕੁਝ ਸਵਾਲ ਜਿਹੜੇ ਨੇ ਸਾਡੇ ਲਿਸਨਰਸ ਨੇ ਉਹ ਲਿਖਾਏ ਨੇ ਜਿਦੇ ਵਿੱਚ ਇੱਕ ਸਭ ਤੋਂ ਪਹਿਲਾ ਸਵਾਲ ਬਲਬੀਰ ਜੀ ਨੇ ਪੁੱਛਿਆ ਕਹਿੰਦੇ ਕਿ ਵਿਜ਼ਿਟਰ ਜਿਹੜੇ ਨੇ ਉਹ ਜੌਬ ਜੇ ਕਰਨਾ ਚਾਹਣ ਕੈਨੇਡਾ ਦੇ ਵਿੱਚ ਐਲ ਐਮ ਆਈਏ ਤੋਂ ਬਿਨਾ ਵੀ ਕੋਈ ਹੋਰ ਪ੍ਰੋਸੀਜਰ ਹੈਗਾ ਕਿ ਸਿਰਫ ਐਲ ਐਮ ਆਈਏ ਹੀ ਲੈਣੀ ਪਊਗੀ ਉਹਨਾਂ ਨੂੰ ਅ ਬਿਲਕੁਲ ਜੀ ਇਟ ਡਿਪੈਂਡ ਕਰਦਾ ਲਾਈਕ ਕਿਹੜੇ ਸਪੈਸ਼ਲੀ ਸਿਟੀਜ਼ਨਸ਼ਿਪ ਕੀ ਹੈ ਨੈਸ਼ਨੈਲਿਟੀ ਕੀ ਹੈ ਰਾਈਟ ਥੇਰ ਆ ਡਿਫਰੈਂਟ ਆਪਸ਼ਨਸ ਜਿੱਥੇ ਬਿਨਾ ਐਲਐਮਆਈ ਲੈ ਕੇ ਵੀ ਕੰਮ ਕਰਿਆ ਜਾ ਸਕਦਾ ਹੈ ਵਰਕ ਪਰਮਿਟ ਹਾਸਲ ਕੀਤਾ ਜਾ ਸਕਦਾ ਹੈ ਨਾ ਸਭ ਤੋਂ ਜਿਹੜੀ ਜ਼ਿਆਦਾ ਜਿਹੜੀ ਪ੍ਰੀ ਰਿਕੁਇਰਿਸਟ ਹੁੰਦਾ ਜਦੋਂ ਤੁਹਾਨੂੰ ਵਰਕ ਪਰਮਿਟ ਹਾਸਲ ਕਰਨਾ ਆਮ ਕਰਕੇ ਇਹ ਆ ਜਾਂਦਾ ਵੀ ਤੁਹਾਨੂੰ ਐਲਐਮਆਈ ਤੋਂ ਬਿਨਾ ਜਾਂ ਪੀਐਨਪੀ ਦੀ ਅਪਰੂਵਲ ਤੋਂ ਬਿਨਾ ਵਰਕ ਪਰਮਿਟ ਹੀ ਮਿਲਦਾ ਪਰ ਕੈਨੇਡਾ ਚਹੀ ਜੀਆਂ ਪ੍ਰੋਵੀਜ਼ਨਸ ਹੈਗੀਆਂ ਜਿੱਥੇ ਤੁਸੀਂ ਆਪਣੇ ਤੌਰ ਤੇ ਜਿਹੜੀ ਐਲਐਮਆਈ ਵੀ ਹੈਗੀ ਉਹ ਉਹ ਵੀ ਦੋ ਤਰ੍ਹਾਂ ਦੀ ਹੈ ਈਦਰ ਉਹ ਹੈਗੀ ਹੈ ਇਮਪਲੋਇਮੈਂਟ ਬੇਸ ਸਪਾਂਸਰਸ਼ਿਪ ਜਾਂ ਏਮਪਲੋਇਰ ਡਰਾਈਵਨ ਜੀ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜੌਬ ਕਰਨੀ ਪੈਂਦੀ ਹੈ ਕਿਤੋਂ ਜੌਬ ਆਫਰ ਹਾਸਲ ਕਰਨੀ ਪੈਂਦੀ ਹੈ ਸੈਕੰਡ ਚੁਆਇਸ ਹੁੰਦੀ ਹੈ ਤੁਹਾਡੇ ਕੋਲ ਤੁਸੀਂ ਆਪਣੇ ਤੌਰ ਤੇ ਵੀ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਆਪ ਨੂੰ ਨਾਮਿਨੇਟ ਕਰ ਸਕਦੇ ਹੋ ਥੈਟ ਇਜ਼ ਅ ਅਨਦਰ ਪੋਸਿਬਿਲਟੀ ਜਿੱਥੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਆਪ ਮਾਲਕ ਹੋਣਦੇ ਹੋ ਆਮ ਕਰਕੇ ਤੁਸੀਂ ਬਹੁਤ ਬੜੀਆਂ ਅਲੀਗੇਸ਼ਨਸ ਦੇਖਦੇ ਹੋ ਜਿੱਥੇ ਵਰਕਰਸ ਕਹਿੰਦੇ ਆ ਵੀ ਸਾਡੇ ਤੋਂ ਕਿਸੇ ਨੇ 25000 ਲੈ ਲਿਆ 30000 ਲੈ ਲਿਆ ਜਾਂ 50000 ਡਾਲਰ ਲੈ ਲਿਆ ਸੋ ਉਹਨਾਂ ਨੂੰ ਇਹ ਚੀਜ਼ ਕਰਨ ਦੀ ਬਜਾਏ ਉਹ ਬਿਜ਼ਨਸ ਹੀ ਬਾਈ ਕਰ ਲੈਣ ਖਾਸ ਕਰਕੇ ਉਹ ਜੀ ਪ੍ਰੋਵਿੰਸ ਚਾਕੇ ਬਾਇਕਰਨ ਜਿੱਥੇ 12ਵੀਂ ਪੜ੍ਹਿਆ ਨੂੰ ਚਾਰ ਬੈਂਡ ਲੈ ਕੇ ਇਮੀਗ੍ਰੇਸ਼ਨ ਸਰਕਾਰ ਦਿੰਦੀ ਹੈ ਉਹ ਕਿਉਂ ਇਹ ਜੀ ਡੀਲ ਦੇ ਵਿੱਚ ਪੈਂਦੇ ਨੇ ਜਿਹੜੀ ਕਿ ਇਨਲੀਗਲ ਹੈ ਸੋ ਇੱਕ ਤਾਂ ਇਹ ਹੈਗਾ ਜਿਹੜਾ ਜਿਹੜਾ ਐਲ ਐਮ ਆਈ ਐਗਜ਼ੈਂਪਸ਼ਨ ਹੈਗਾ ਯੈਸ ਬਹੁਤ ਕੈਟੇਗਰੀਜ਼ ਨੇ ਜਿੱਦੇ ਚ ਐਲ ਐਮ ਆਈ ਐਗਜ਼ੈਂਪਸ਼ਨ ਮਿਲਦੀ ਔਰ ਬਿਨਾ ਐਲ ਐਮ ਆਈ ਇਹ ਤੋਂ ਜਿਹੜੀ ਵਰਕ ਪੁਆਇੰਟ ਹੈ ਲਿਆ ਜਾ ਸਕਦਾ ਹੈ ਜੀ ਇੱਕ ਕੋਲਰ ਸੀ ਜੀ ਸਾਡੇ ਧਨਰਾਜ ਉਹ ਕਹਿੰਦੇ ਕਿ ਐਲ ਐਮ ਆਈ ਲਈ ਸੀ ਉਹਨਾਂ ਨੇ 6 ਮਹੀਨੇ ਪਹਿਲਾਂ ਹੀ ਕਹਿੰਨ ਕਹਿੰਦੇ ਕਿ ਕੰਪਨੀ ਨੇ ਲੇ ਆਫ ਕਰ ਦਿੱਤਾ ਤੇ ਉਹ ਕਹਿੰਦੇ ਕਿ ਅਸੀਂ ਦੁਬਾਰਾ ਤੁਹਾਨੂੰ ਹ ਸਕਦੇ ਕਹਿੰਦੇ ਹੁਣ ਕੀ ਆਪਸ਼ਨਸ ਨੇ ਮੇਰੇ ਕੋਲ ਵੀ ਦੁਆਰਾ ਲੈਣੀ ਪਊਗੀ ਜਾਂ ਕੀ ਕੋਈ ਉਹਨਾਂ ਕੋਲ ਲਾਈਕ ਕੀ ਹੁਣ ਉਹਨਾਂ ਦੀਆਂ ਹੋਣਗੀਆਂ ਆਪਸ਼ਨਸ ਜੀ ਬਿਲਕੁਲ ਉਹਨਾਂ ਦਾ ਜਿਹੜਾ ਸਟੇ ਹੋਊਗਾ ਕੈਨੇਡਾ ਚ ਉਹ ਉਨੀ ਦੇਰ ਤੱਕ ਹੋਊਗਾ ਜਿੰਨੀ ਦੇਰ ਉਹਨਾਂ ਦਾ ਵਰਕ ਪਰਮਿਟ ਆਥਰਾਇਜ਼ ਕਰਦਾ ਐ ਐਕਸਪਾਇਰ ਨਹੀਂ ਹੁੰਦਾ ਹੈਗਾ ਉਨੀ ਦੇਰ ਉਹ ਰਹਿ ਸਕਦੇ ਨੇ ਕੈਨੇਡਾ ਚ ਜੌਬ ਲੱਭ ਸਕਦੇ ਨੇ ਯੈਸ ਉਹਨਾਂ ਨੂੰ ਫਿਰ ਨਵਾਂ ਜੇ এমਪਲੋਏ ਡਰਾਈਵਨ ਪ੍ਰੋਸੈਸ ਤੇ ਰਹਿੰ ਜਾਂਦੇ ਨੇ ਤਾਂ ਨਵਾਂ এমਪਲੋਇਰ ਲੈਣਾ ਪਊਗਾ ਜੇ ਉਹ ਕੈਨੇਡਾ ਚ ਲੱਗਦੇ ਨੇ ਵੀ ਉਹਨਾਂ ਨੂੰ ਲੱਗਦਾ ਵੀ ਮੈਂ ਇਕੁਅਲੀ ਕੁਆਲੀਫਾਈਡ ਆ ਤੇ ਮੈਂ ਆਪਣਾ ਬਿਜ਼ਨਸ ਵੀ ਰਨ ਕਰ ਸਕਦਾ ਤਾਂ ਛੋਟੀ ਛੋਟੀ ਇਨਵੈਸਟਮੈਂਟ ਕਰਕੇ ਆਪਣੇ ਬਿਜ਼ਨਸ ਤੋਂ ਵੀ ਲਈ ਜਾ ਸਕਦੀ ਹੈ ਜਿਹੜੀ ਹੁਣ ਉਹਨਾਂ ਨੂੰ ਪ੍ਰੋਬਲਮ ਆਈ ਹੈ ਇਹ ਵੀ ਇੱਕ ਬਹੁਤ ਬੜੀ ਇਸ਼ੂ ਹੈਗਾ ਜਦੋਂ ਤੁਸੀਂ ਕਿਸੇ ਦੇ ਦਰ ਕੰਮ ਕਰਦੇ ਹੋ ਫਿਰ ਤੁਸੀਂ ਕਿਸੇ ਤੇ ਡਿਪੈਂਡੈਂਟ ਹੋ ਜੇ بزنس ਤੁਹਾਨੂੰ ਲੇਆਫ ਕਰਨਾ ਚਾਹੇ ਤਾਂ ਲੇਆਫ ਕਰ ਸਕਦਾ ਪਰ ਜੇ ਤੁਸੀਂ بزنس ਦੇ ਆਪਣੇ بزنس ਦੇ ਆਪ ਹੀ ਮਾਲਕ ਹੋ ਫਿਰ ਤਾਂ ਤੁਸੀਂ ਲਾਸਟ ਪਰਸਨ ਹੋਵੋਗੇ ਬਿਫੋਰ ਬਿਜ਼ਨਸ ক্লোਜ਼ ਆਊਨ ਹੋਵੇ ਆਪਦੇ ਆਪ ਨੂੰ ਲੇਆਫ ਕਰਨਾ ਸੋ ਇਹ ਐਡਵਾਂਟੇਜ ਲਈ ਜਾ ਸਕਦੀ ਹੈ ਜਿਹੜੇ ਕੈਨੇਡਾ ਦੇ ਨਵੇਂ ਹਜੇ ਪ੍ਰੋਗਰਾਮਸ ਨੇ ਔਰ ਖਾਸ ਕਰਕੇ ਜਿਹੜੀ ਐਲ ਐਮ ਐ ਐਗਜ਼ੈਂਪਟ ਕੈਟਾਗਰੀ ਹੈ ਉਹਦੇ ਵਿੱਚ ਵੀ ਉਹ ਦੇਖਿਆ ਜਾ ਸਕਦਾ ਹੈ ਜਿਹੜੇ ਫਾਲਿੰਗ ਕਰਦੇ ਨੇ ਉਹਦੇ ਲਈ ਫ੍ਰੀ ਆਫ ਕਾਸਟ ਅਸੈਸਮੈਂਟ ਸਾਡੇ ਆਫਿਸ ਤੋਂ ਕਰੀ ਜਾ ਸਕਦੀ ਹੈ ਜਿਹੜਾ 604 598 5555 ਸਾਰੀ ਦਾ ਨੰਬਰ ਹੈ ਉੱਥੇ ਕਾਲ ਕਰਕੇ ਮੁਕੰਮਲ ਔਰ ਮੁਫਤ ਜਾਣਕਾਰੀ ਲਈ ਜਾ ਸਕਦੀ ਹੈ ਜੀ ਅਮਨ ਨੇ ਕੇ ਸਾਨੂੰ ਇਹ ਦੱਸੋ ਕਿ ਨੈਨੀ ਕੇਸਿਸ ਬਾਰੇ ਬਹੁਤ ਸਾਰੀਆਂ ਕਾਲਜ਼ ਆਈਆਂ ਕਹਿੰਦੇ ਵੀ ਢਾਈ ਸਾਲ ਪਹਿਲਾਂ ਅਪਲਾਈ ਕੀਤਾ ਸੀ ਕਿਸੇ ਨੇ ਕਿਹਾ ਵੀ ਕੀ ਪ੍ਰੋਸੀਜਰ ਹੈਗਾ ਸੋ ਨੈਨੀ ਕੇਸ ਬਾਰੇ ਜੇ ਤੁਸੀਂ ਦੱਸ ਸਕੋ ਕਿ ਜਿਨ੍ਹਾਂ ਨੇ ਢਾਈ ਸਾਲ ਪਹਿਲਾਂ ਅਪਲਾਈ ਕੀਤਾ ਸੀ ਉਹ ਕਹਿੰਦੇ ਸਾਡਾ ਆਇਆ ਨਹੀਂ ਜਿਹੜੇ ਨਵੇਂ ਅਪਲਾਈ ਕਰਨਾ ਚਾਹੁੰਦੇ ਨੇ ਉਹ ਪੁੱਛ ਪੁੱਛ ਰਹੇ ਨੇ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਜੀ ਫਰਸਟਲੀ ਤਾਂ ਜਿਹੜੀ ਟਾਈਮਲਾਈਨ ਹੈ ਸਰਕਾਰ ਜਦੋਂ ਤੁਹਾਡੇ ਉੱਤੇ ਫੀਸ ਲੈਂਦੀ ਹੈ ਤੋ ਟਾਈਮਲਾਈਨ ਦੱਸਦੀ ਹੈ ਤੁਹਾਨੂੰ ਵੈਬਸਾਈਟ ਤੇ ਜਿਹੜੀਆਂ ਟਾਈਮਲਾਈਨਸ ਨੇ ਡਿਪੈਂਡਿੰਗ ਅਪਾਨ ਕਿਹੜੀ ਵੀਜ਼ਾ ਪੋਸਟ ਹੈ ਉੱਥੇ ਉਹ ਪਬਲ ਤੇ ਉਹ ਉਹ ਅਸ ਇਨਫੋਰਮੇਸ਼ਨ ਜਿਹੜੀ ਉਹ ਟ੍ਰਾਂਸਪੇਰੈਂਟ ਹੈ ਸਾਰਨਲੀ ਅਵੇਲੇਬਲ ਹੈ ਨਾਉ ਜੇ ਇਹਨਾਂ ਦਾ ਟਾਈਮ ਐਕਸੀਡ ਕਰਦਾ ਇਟ ਮੀਨਸ ਸਰਕਾਰ ਪ੍ਰੋਮਿਸ ਬ੍ਰੇਕ ਕਰਦੀ ਹੈ ਔਰ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੰਦੀ ਆਮ ਕਰਕੇ ਹੀ ਹੁੰਦਾ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਦੇਖਦੇ ਹੋ ਤਾਂ ਉਹਦੇ ਤੇ ਲਿਖਿਆ ਹੁੰਦਾ ਰਿਵਿਊ ਰਿਕੁਆਇਰਡ ਜਾਂ ਇਨ ਪ੍ਰੋਸੈਸ ਇਹ ਜਿਹੇ ਵਰਡਸ ਲਿਖੇ ਹੁੰਦੇ ਨੇ ਤਾਂ ਇਹਨਾਂ ਨੂੰ ਜਿਹੜਾ ਇੱਕ ਤਾਂ ਆਪਸ਼ਨ ਹੈਗੀ ਹੈ ਵੀ ਜੇ ਉਹ ਰੈਟੋਫ ਮੰਡਮਸ ਜਿਉਂ ਲੱਗਦਾ ਵੀ ਬਹੁਤ ਲੰਬਾ ਸਮਾਂ ਹੋ ਗਿਆ ਰੈਟੋਫ ਮੰਡਮਸ ਫਾਈਲ ਕੀਤੀ ਜਾ ਸਕਦੀ ਹੈ ਅ ਸੈਕਿੰਡ ਜਿਹੜੀ ਜਿਹੜੀ ਆਪਾਂ ਨੈਨੀ ਪ੍ਰੋਗਰਾਮ ਦੀ ਗੱਲ ਕਰਦੇ ਸੀ ਆ ਪ੍ਰੋਗਰਾਮ ਬਹੁਤ ਵਧੀਆ ਪਰ ਸਰਕਾਰ ਨੇ ਇੱਕੋ ਚੀਜ਼ ਉਹ ਚ 네ਗੇਟਿਵ ਕੀਤੀ ਹੈ ਜਿਹੜਾ ਉਹਨੂੰ ਕੈਪ ਕਰਤਾ ਆ ਸਿਰਫ ਲਿਮਿਟਡ ਅਪਲੀਕੇਸ਼ਨਸ ਆ ਜਿਹੜੀ ਕਿ ਸਰਕਾਰ ਲੈਂਦੀ ਹੈ 5500 ਅਪਲੀਕੇਸ਼ਨਸ ਸਾਲ ਚ ਲੈਂਦੀ ਹੈ ਤੋ ਕੈਨੇਡੀਅਨਸ ਦਾ ਇੱਥੇ ਬਹੁਤ ਨੇ ਜਿਨ੍ਹਾਂ ਨੂੰ ਲੋੜ ਹੈ ਚਾਹੇ ਬੱਚਿਆਂ ਦੀ ਕੇਅਰ ਨੂੰ ਲੈ ਲੋ ਤੁਸੀਂ ਚਾਹੇ ਉਹ ਬਜ਼ੁਰਗਾਂ ਦੀ ਕੇਅਰ ਨੂੰ ਲੈ ਲੋ ਕਿਉਂਕਿ ਇੱਥੇ ਜਿਹੜੀ ਏਜਿੰਗ ਆਪਣੀ ਜਿਹੜੀ ਪੋਪੂਲੇਸ਼ਨ ਆ ਵਧਦੀ ਜਾ ਰਹੀ ਹੈ ਪੇਰੈਂਟਸ ਆਪਣੇ ਬਜ਼ੁਰਗ ਹੁੰਦੇ ਜਾ ਰਹੇ ਨੇ ਤੋ ਉਹਨਾਂ ਨੂੰ ਕੇਅਰ ਕਰਨ ਲਈ ਕੋਈ ਵੀ ਸਰਕਾਰ ਸਹੂਲਤ ਨਹੀਂ ਦੇ ਰਹੀ ਔਰ ਇਹਦੇ ਨਾਲ ਨਾਲ ਜੇ ਕੋਈ ਡਿਸੇਬਲ ਇੰਡੀਵਿਜੂਅਲ ਹੈ ਕਿਸੇ ਨਾਲ ਕੋਈ ਹਾਜੀ ਘਟਨਾ ਵਾਪਰਦੀ ਹੈ ਵੀ ਉਹ ਡਿਸੇਬਲ ਹੋ ਗਏ ਨੇ ਤੋ ਉਹਨਾਂ ਨੂੰ ਕੇਅਰ ਕਰਨ ਲਈ ਵੀ ਇਹ ਪ੍ਰੋਗਰਾਮ ਬਹੁਤ ਲਾਹੇਵੰਦ ਸੀ ਪਰ ਸਰਕਾਰ ਨੇ ਇਹਨੂੰ ਕੈਪ ਕਰਤਾ ਬਟ ਸਰਕਾਰ ਨੇ ਕਾਪਸ਼ਨ ਹੋਰ ਵੀ ਦਿੱਤੀ ਹੈ ਵੀ ਜਿਹੜੇ ਇੰਡੀਵਿਜੂਅਲ ਕੈਨੇਡਾ ਚ ਵਿਜ਼ਿਟਰ ਆਏ ਹੋਏ ਨੇ ਉਹਨਾਂ ਤੇ ਕੋਈ ਕੈਪ ਨਹੀਂ ਰੱਖਿਆ ਹੋਇਆ ਪਰ ਇੱਕੋ ਸ਼ਰਤ ਸਰਕਾਰ ਨੇ ਰੱਖੀ ਹੈ ਵੀ ਜੇ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਨੂੰ ਨਾਨੀ ਬੁਲਾਉਣਾ ਹੈ ਤਾਂ ਤੁਹਾਨੂੰ ਅਸੀਂ ਓਕਿਊਪੇਸ਼ਨ ਡਿਪੈਂਡੈਂਟ ਪ੍ਰੋਫੈਸ਼ਨ ਕਰਤਾ ਪਰ ਇਹਨੂੰ ਐਲ ਐਮ ਏ ਐਗਜ਼ੈਂਪਟ ਕਰਤਾ ਮੀਨ ਤੁਹਾਨੂੰ ਐਲ ਐਮ ਆਈ ਲੈਣ ਦੀ ਜ਼ਰੂਰਤ ਨਹੀਂ ਜੌਬ ਆਫਰ ਦੇ ਬੇਸ ਤੇ ਤੁਸੀਂ ਕਿਸੇ ਨੂੰ ਨਾਨੀ ਬੁਲਾ ਸਕਦੇ ਹੋ ਪਰ ਇਹੀ ਜੇ ਇੰਡੀਵਿਜੂਅਲ ਕੈਨੇਡਾ ਚਾਇਆ ਹੋਇਆ ਜਿੱਥੇ ਕੋਈ ਕੈਪ ਨਹੀਂ ਲਾਇਆ ਸਰਕਾਰ ਨੇ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਐਲ ਐਮ ਆਈ ਹਾਸਲ ਕਰਨੀ ਹੈ मीनिंग ਤੁਸੀਂ ਕੈਨੇਡੀਅਨ ਨੂੰ ਪਹਿਲੀ ਆਪਸ਼ਨ ਦੇਣੀ ਹੈ ਵੀ ਉਹ ਜੌਬ ਕਰਨ ਲਈ ਤਿਆਰ ਨੇ ਜਾਂ ਨਹੀਂ ਔਰ ਮੈਜੋਰਟੀ ਜਿਹੜੇ ਖਾਸ ਕਰਕੇ ਹਿਰੀਅਨ ਜੌਬਸ ਨੇ ਜੋ ਕੈਨੇਡੀਅਨ ਪਸੰਦ ਨਹੀਂ ਕਰਦੇ ਕੰਮ ਕਰਨਾ ਸੋ ਇਸ ਕਰਕੇ ਜੇ ਉਹਨਾਂ ਦੇ ਰਿਸ਼ਤੇਦਾਰ ਵਿਜ਼ਿਟਰ ਕੈਨੇਡਾ ਚਾਹੇ ਨੇ ਇਨ ਫੈਕਟ ਕੋਈ ਵੀ ਵਿਜ਼ਿਟਰ ਕੈਨੇਡਾ ਚਾਇਆ ਉਹ ਬਹੁਤ ਯੂ نو ਜਾਣਕਾਰੀ ਲਿਮਟਡ ਹੋਣ ਕਰਕੇ ਕੋਈ ਇਹ ਜੀ ਐਲਐਮਆਈ ਲੈ ਕੇ ਕੰਮ ਤੇ ਪੈ ਜਾਂਦੇ ਨੇ ਜਿੱਥੇ ਉਹਨਾਂ ਨੂੰ ਇਮੀਗ੍ਰੇਸ਼ਨ ਦਾ ਕੋਈ ਸਕੋਪ ਨਹੀਂ ਹੁੰਦਾ ਜਦ ਕਿ ਉਹ ਬਹੁਤ ਸੌਖਾ ਆਪਣੀ ਜਿਹੜੀ ਐਪਲੀਕੇਸ਼ਨ ਐਜ਼ ਅ ਨੈਨੀ ਜੇ ਕੋਈ ਕਿਸੇ ਘਰ ਦੇ ਵਿੱਚ ਕੰਮ ਕਰ ਲੈਂਦੇ ਨੇ ਤੇ ਸਾਲ ਬਾਅਦ ਕੁਆਲੀਫਾਈ ਕਰ ਜਾਂਦੇ ਨੇ ਘੱਟ ਘੱਟ ਇੰਗਲਿਸ਼ ਦਾ ਸਕੋਰ ਲੈ ਕੇ ਅਮਨ ਜੀ ਇੱਕ ਕੁਲਵੰਤ ਜੀ ਸਾਡੇ ਕਾਲਰ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੀ ਸਿਸਟਰ ਦਾ ਵਿਜ਼ਿਟਰ ਵੀਜ਼ਾ ਉਹਨਾਂ ਨੇ ਲਵਾਇਆ ਸੀ ਆਪਣੇ ਬੇਬੀ ਨੂੰ ਸਾਂਭਣ ਵਾਸਤੇ 6 ਮਹੀਨੇ ਦਾ ਪਾਸਪੋਰਟ ਸੀਗਾ ਜਦੋਂ ਆਏ ਉਹਨਾਂ ਨੇ ਐਕਸਟੈਂਸ਼ਨ ਲਗਾਈ ਪਾਸਪੋਰਟ ਦੀ ਤੇ 2 ਸਾਲ ਉਹ ਇੱਥੇ ਰਹੇ ਉਹ ਕਹਿੰਦੇ ਹੁਣ ਮੈਂ ਆਪਣੇ ਮਦਰ ਤੇ ਬ੍ਰਦਰ ਨੂੰ ਬੁਲਾਉਣਾ ਚਾਹਣਾ ਕਿ ਇਸ ਚੀਜ਼ ਨੂੰ ਇਹ ਜਿਹੜੀ ਚੀਜ਼ ਹੈਗੀ ਵੀ ਅਸੀਂ ਉਹ ਗਏ ਨਹੀਂ 6 ਮਹੀਨੇ ਬਾਅਦ 2 ਸਾਲ ਐਕਸਟੈਂਡ ਕਰਾ ਲਿਆ ਇਹ ਇਫੈਕਟ ਕਰੂਗਾ ਅਗਲੇ ਵਿਜ਼ਿਟਰ ਵੀਜ਼ ਲਈ ਲਗਾਣਾ ਨਹੀਂ ਜੀ ਬਿਲਕੁਲ ਇਫੈਕਟ ਨਹੀਂ ਕਰਦਾ ਕਿਉਂਕਿ ਜਿਹੜੀ ਇਨਵੀਟੇਸ਼ਨ ਇਹਨੂੰ ਇਹਨੂੰ ਵਰਡ ਯੂਜ਼ ਕੀਤਾ ਜਾਂਦਾ ਸਪਾਂਸਰਸ਼ਿਪ ਇਹ ਗਲਤ ਵਰਡ ਹੈ ਇਹ ਐਕਚੁਅਲੀ ਟੈਕਨੀਕਲੀ ਸਪਾਂਸਰਸ਼ਿਪ ਵਰਡ ਨਹੀਂ ਹੈਗਾ ਉਹ ਸਿਰਫ ਇਨਵੀਟੇਸ਼ਨ ਹੀ ਦੇ ਰਹੇ ਨੇ ਔਰ ਇਹ ਇੱਕ ਸਿਰਫ ਐਸ ਅ ਹੋਸਟ ਸਿਰਫ ਇਹ ਸਰਕਾਰ ਨੂੰ ਪ੍ਰੋਮਿਸ ਹੀ ਕਰ ਰਹੇ ਨੇ ਵੀ ਇੰਡੀਵਿਜੂਅਲ ਜਿਹੜਾ ਆਊਗਾ ਮੇਰੇ ਕੋਲ ਰਹੂਗਾ ਪਰ ਉਹਨਾਂ ਦੀ ਕੋਈ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਨਾ ਤਾਂ ਇਹ ਇਹਨਾਂ ਕੋਲ ਕੋਈ ਇਨਫੋਰਸਮੈਂਟ ਅਥਾਰਟੀ ਹੈ فرض ਕੀਤਾ ਤੁਸੀਂ ਕਿਸੇ ਨੂੰ ਵਿਜ਼ਿਟਰ ਕੈਨੇਡਾ ਦੇ ਵਿੱਚ ਬੁਲਾ ਲਿਆ ਤਾਂ ਉਹ ਇੰਡੀਵਿਜੂਅਲ ਦੀ ਆਪਣੀ ਮਰਜ਼ੀ ਹੈ ਜੋ ਕੱਲ ਨੂੰ ਆ ਕੇ ਇੱਥੇ ਚਲੇ ਨਹੀਂ ਜਾਂਦੇ ਮਾਫ ਕਰਨਾ ਜਾਂ ਕੋਈ ਉਹ ਆਪਣਾ ਕੋਈ ਕੇਸ ਲਾ ਆਂਦੇ ਨੇ ਰਿਫਿਜੀਅਸ ਆਲਮ ਜਾਂ ਕੋਈ ਪ੍ਰੋਟੈਕਸ਼ਨ ਸੀਕ ਕਰਦੇ ਨੇ ਉਹ ਇੱਕ ਇੰਡੀਪੈਂਡੈਂਟ ਅਪਲੀਕੇਸ਼ਨ ਹੈ ਇਹਨਾਂ ਦਾ ਇਹਨਾਂ ਦਾ ਕੋਈ ਦੌਰ ਨਹੀਂ ਹੈ ਵੀ ਉਹਨਾਂ ਨੂੰ ਕੈਨੇਡਾ ਚੋਂ ਕੱਢ ਸਕਣ ਤਾਂ ਇਹਨਾਂ ਤੇ ਕੋਈ ਇੰਪਲੀਕੇਸ਼ਨ ਨਹੀਂ ਜੀ ਨਹੀਂ ਆਉਂਦੀ ਸਿਰਫ ਜਿਹੜੀਆਂ ਅੰਡਰਟੇਕਿੰਗ ਸਰਕਾਰ ਲੈਂਦੀ ਹੈ ਜਦੋਂ ਤੁਸੀਂ ਫਾਰਮਲ ਸਪਾਂਸਰਸ਼ਿਪਸ ਕਰਦੇ ਹੋ ਫੈਮਿਲੀ ਕਲਾਸ ਦੇ ਅੰਦਰ ਜਿੱਥੇ 20 ਸਾਲ ਤੱਕ ਤੁਹਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਜੇ ਤੁਹਾਡੇ ਪੇਰੈਂਟਸ ਕੋਈ ਵੈਲਫੇਅਰ ਹਾਸਲ ਕਰਦੇ ਨੇ ਪਰ ਉਹ ਜੇ ਤੁਸੀਂ ਫਰਦਰ ਕਿਸੇ ਨੂੰ ਸਪਾਂਸਰ ਕਰਨਾ ਤਾਂ ਤੁਹਾਨੂੰ ਵਾਪਸ ਕਰਨਾ ਪੈਂਦਾ ਸੋ ਇਹੀ ਇੱਕ ਆਬਲੀਗੇਸ਼ਨਸ ਨੇ ਇਹਨਾਂ ਦੀ ਇਹਨਾਂ ਤੇ ਵਿਜ਼ਿਟਰ ਤੇ ਕੋਈ ਆਬਲੀਗੇਸ਼ਨ ਨਹੀਂ ਨਹੀਂ ਲੱਗੇਗੀ ਇੱਕ ਹੋਰ ਕੁਆਲਰ ਸੀ ਜੀ ਉਹਨਾਂ ਦਾ ਸਵਾਲ ਸੀ ਕਿ ਮੈਲਟ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਉਹਦੇ ਚ ਨੇ ਪੁੱਛਿਆ ਕਹਿੰਦੇ ਜੇ ਮੈਂ ਆਪਣੀ ਵਾਈਫ ਦਾ ਹੁਣ 스ਪਾਊਸ ਵੀਜ਼ਾ ਲਗਾਣਾ ਤਾਂ ਮੈਨੂੰ ਇਹ 50 ਪੁਆਇੰਟ ਮਿਲਣਗੇ ਕਿ ਨਹੀਂ ਮਿਲਣਗੇ ਜੀ ਜਿਹੜਾ ਇੱਕ ਜਿਹੜਾ ਰੀਸੈਂਟ ਸਰਕਾਰ ਨੇ ਪਰਸੋਂ ਹੀ ਚੇਂਜ ਕੀਤਾ ਹੈ ਜਿਹੜਾ ਮੈਲਟ ਪ੍ਰੋਗਰਾਮ ਹੈ ਉਹ ਉਹ ਇੱਕ ਪ੍ਰੋਗਰਾਮ ਹੈਗਾ ਐਜ਼ ਅ ਪ੍ਰੀ ਰਿਕੁਇਰਿਸਟ ਵੀ ਜੇ ਕਿਸੇ ਨੇ ਕੈਨੇਡਾ ਚ ਟਰਕਿੰਗ ਦੇ ਵਿੱਚ ਆਉਣਾ ਹੈ ਜਾਂ ਡਰਾਈਵ ਕਰਨਾ ਹੈਗਾ ਤਾਂ ਪ੍ਰੋਵਿੰਸ਼ੀਅਲ ਅਥਾਰਟੀ ਤੋਂ ਇਹ ਜਿਹੜੀ ਹੈ ਐਗਜ਼ਾਮੀਨੇਸ਼ਨ ਹੈ ਡਿਪੈਂਡਿੰਗ ਓਨ ਕਿਹੜੀ ਪ੍ਰੋਵਿੰਸ ਚ ਚਲਾ ਰਹੇ ਨੇ ਤਾਂ ਪਹਿਲਾ ਹੈ ਇੱਕ ਸਟੈਂਡਰਡਾਈਜ਼ ਟੈਸਟ ਹੈ ਜਿਹਨੂੰ ਪਾਸ ਕਰਨਾ ਪੈਂਦਾ ਹੈ ਇਹ ਉਦਾਂ ਦਾ ਹੀ ਟੈਸਟ ਹੈ ਜਿਵੇਂ ਕੋਈ 에어 ਬ੍ਰੇਕ ਐਂਡੋਰਸਮੈਂਟ ਲੈਂਦਾ ਹੈ ਟਰੱਕ ਡਰਾਈਵਰ ਦੇ ਨਾਲ ਇੱਕ ਟੈਸਟ ਜੁੜਿਆ ਹੁੰਦਾ ਜੀ ਉਹਨਾਂ ਨੇ ਟਰਕਿੰਗ ਦਾ ਲਾਇਸੈਂਸ ਲੈਣਾ ਤਾਂ ਇਹ ਵੀ ਇੱਕ ਕੰਪੋਨੈਂਟ ਦੇ ਤੌਰ ਤੇ ਇੱਕ ਐਡੀਸ਼ਨ ਹੈ ਸੇਫ ਡਰਾਈਵਿੰਗ ਨੂੰ ਲੈ ਕੇ ਨਾਉ ਉਸ ਤੋਂ ਬਾਅਦ ਉਹਨਾਂ ਨੂੰ ਕੰਪਲੀਟ ਲਾਇਸੈਂਸ ਮਿਲਦਾ ਜਿਹੜੇ 50 ਪੁਆਇੰਟਸ ਦੀ ਗੱਲ ਕਰਦੇ ਨੇ ਉਹ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਨੇ ਨਾਉ ਜਿਹੜਾ ਸਕਿੱਲ ਟ੍ਰੇਡ ਵਰਕਰ ਉਹਦਾ ਜਿਹੜਾ ਟਰੱਕ ਡਰਾਈਵਰ ਨੂੰ ਸ਼ਾਮਿਲ ਕੀਤਾ ਟਰੱਕ ਡਰਾਈਵਰਜ਼ ਦੇ ਨਾਲ ਸਰਕਾਰ ਨੇ 101 ਓਕਿਊਪੇਸ਼ਨ ਸ਼ਾਮਿਲ ਕੀਤੇ ਨੇ ਉਹਦੇ ਵਿੱਚ ਉਹਨਾਂ 'ਚ ਕਈਆਂ ਜਿਹੜੀਆਂ ਆ ਓਕਿਊਪੇਸ਼ਨਸ ਇਹਨਾਂ ਦਾ ਪਾਥਵੇ ਬੜਾ ਕਲੀਅਰ ਹੈ ਜਿਵੇਂ ਇਲੈਕਟ੍ਰੀਸ਼ੀਅਨ ਹੋ ਗਏ ਜਾਂ ਪਲੰਬਰ ਹੋ ਗਏ ਇਹਨਾਂ ਦਾ ਪਾਥਵੇ ਬੜਾ ਕਲੀਅਰ ਹੈਗਾ ਵੀ ਤੁਸੀਂ ਆਪਣੇ ਆਪ ਨੂੰ ਜਿਹੜੀ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਉਹ ਕਿਸ ਤਰ੍ਹਾਂ ਲੈਣੀ ਹੈ ਪਰ ਟਰੱਕ ਡਰਾਈਵਰਸ ਲਈ ਉਹ ਪਾਥਵੇ ਜੇ ਕਲੀਅਰ ਨਹੀਂ ਹੈ ਨਾਊ ਇਹ ਜਿਹੜੀ ਮੈਲਟ ਹੈਗਾ ਇਟ ਇਜ਼ ਨਾਟ ਅ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਜੀ ਦੇ ਨਾਲ ਉਹ ਪੰਜਾਬ ਪੁਆਇੰਟ ਕਲੇਮ ਕਰ ਸਕਦੇ ਹੋ ਬਿਲਕੁਲ ਕਲੇਮ ਨਹੀਂ ਕਰ ਸਕਦੇ ਅੱਜ ਦੀ ਡੇਟ ਦੇ ਵਿੱਚ ਜਿੰਨੀ ਦੇਰ ਕੋਈ প্রভিনਸ਼ਲ ਅਥਾਰਟੀ ਰਿਕੋਗਨਾਈਜ਼ ਨਹੀਂ ਕਰਦੀ ਬਈ ਅਸੀਂ ਮੈਲਟ ਨੂੰ ਕੰਸੀਡਰ ਕਰਦੇ ਆ ਐਜ਼ ਅ ਸਰਟੀਫੀਕੇਟ ਆਫ ਕੁਆਲਿਫਿਕੇਸ਼ਨ ਯੈਸ ਉਹ ਤੋਂ ਬਾਅਦ ਕਰ ਸਕਦੇ ਨੇ ਅੱਜ ਦੀ ਡੇਟ 'ਚ ਨਹੀਂ ਨਾਓ ਇੱਕ ਮੈਂ ਹੋਰ ਵੀ ਵਾਰਨ ਕਰਨਾ ਚਾਹੂੰਗਾ ਜੇ ਉਹਨਾਂ ਨੇ ਪੁਆਇੰਟ ਸੀ ਐਡੀਸ਼ਨ ਕਰ ਲਈ ਦਿਸ ਇਸ਼ੂ ਕੈਨ ਬੀ ਸੋ ਸੈਂਸਿਟਿਵ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਇਨਵੀਟੇਸ਼ਨ ਆ ਜਾਂਦਾ ਉਹਨਾਂ ਨੂੰ ਫਰਜ਼ ਕੀ ਤੋਂ ਉਹਨੇ ਪੁਆਇੰਟ ਸੀ ਆਰਐਸ ਸਕੋਰ 'ਚ ਵੱਧ ਗਏ ਉਹਨਾਂ ਨੂੰ ਇਨਵੀਟੇਸ਼ਨ ਆ ਗਿਆ ਉਸ ਤੋਂ ਬਾਅਦ ਉਹਨੇ ਫਾਰਮਲ ਅਪਲੀਕੇਸ਼ਨ ਦਾਇਰ ਕਰਤੀ ਤੋ ਜਿਹੜਾ ਜਿਹੜਾ ਮਿਸ ਰਿਪਰੈਜ਼ੈਂਟੇਸ਼ਨ ਦਾ ਜਿਹੜਾ ਜਿਹੜੀ ਐਪਲੀਕੇਸ਼ਨ ਹੈ ਉਹ ਬਹੁਤ ਬ੍ਰਾਡ ਐਪਲੀਕੇਸ਼ਨ ਹੈ मीनिंग ਵੀਜ਼ਾ ਆਫੀਸਰ ਨੂੰ ਜੇ ਲੱਗਦਾ ਵੀ ਇਹ 에ਰਰ ਇੰਡਿਊਸ ਕਰ ਸਕਦਾ ਸੀ ਇਹ ਇਨਫੋਰਮੇਸ਼ਨ ਜਿਹੜੀ ਹੈ ਇੰਡੀਵਿਜੂਅਲ ਨੇ ਦਿੱਤੀ ਹੈ ਜਿਹਦੇ ਕਰਕੇ ਉਹ 50 ਪੁਆਇੰਟਸ ਲੈ ਕੇ ਸਾਨੂੰ ਰੀਸੀਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਮਿਸ ਰਿਪਰੈਜ਼ੈਂਟੇਸ਼ਨ ਲਈ ਵੀ ਚੈਲੰਜ ਕੀਤਾ ਜਾ ਸਕਦਾ ਸੋ ਪਲੀਜ਼ ਹਾਲੇ ਤੱਕ ਇਹ ਜੀ ਕੋਈ ਇੰਡੀਕੇਸ਼ਨ ਨਹੀਂ ਆਈ ਹੈਗੀ ਜਿੰਨੀ ਦੇਰ ਪ੍ਰੋਵਿੰਸ਼ੀਅਲ ਅਥਾਰਟੀ ਉਹਨੂੰ ਮੰਨਦੀ ਨਹੀਂ ਹੈਗੀ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਉਹਨੀ ਦੇਰ ਤੁਸੀਂ ਮੈਲਟ ਨੂੰ 50 ਪੁਆਇੰਟ ਵਾਲੀ ਯੂਜ਼ ਨਾ ਕਰੋ ਜਸਵੰਤ ਸਿੰਘ ਜੀ ਦਾ ਸਵਾਲ ਸੀਗਾ ਕਿ ਫਾਰਮ ਵਰਕਰ ਦੇ ਤੌਰ ਤੇ 아이 थिंक ਉਹਨਾਂ ਦੇ 브ਦਰ ਆਏ ਨੇ ਜਾਂ ਉਹ ਖੁਦ ਨੇ ਮੈਨੂੰ ਕਲੀਅਰ ਨਹੀਂ ਹੈਗਾ ਕਹਿੰਦੇ ਹੁਣ ਫਾਰਮ ਵਰਕਰ ਦੇ ਤੌਰ ਤੇ ਉਹ ਕੈਨੇਡਾ ਦੇ ਵਿੱਚ ਹੀ ਨੇ ਤੇ ਓਪਨ ਫੈਮਲੀ ਵਰਕ ਪਰਮਿਟ ਉਹ ਆਪਣੀ ਵਾਈਫ ਦਾ ਤੇ ਉਹਨਾਂ ਦੀ ਫੈਮਲੀ ਦਾ ਅਪਲਾਈ ਕਰਨਾ ਚਾਹੁੰਦੇ ਨੇ ਫੈਮਲੀ ਇੰਡੀਆ ਹੈ ਤਾਂ ਕਿਵੇਂ ਕਰ ਸਕਦੇ ਨੇ ਜੀ ਜਿਹੜੇ ਪੁਰਾਣੇ ਮਿਨਿਸਟਰ ਸੀਗੇ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਇੱਕ ਅਸੀਂ ਰੋਲ ਆਊਟ ਕਰਾਂਗੇ ਪ੍ਰੋਗਰਾਮ ਜਿਹੜੇ ਲੋ ਸਕਿੱਲ ਵਰਕਰਸ ਨੇ ਉਹਨਾਂ ਦੀ ਜਿਹੜੇ ਸਪਾਉਸਸ ਨੇ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪ੍ਰਿਵਿਲੇजेस ਦਵਾਂਗੇ ਜਿਹੜੇ ਹਾਈ ਸਕਿੱਲ ਵਰਕ ਪਰਮਿਟ ਹੋਲਡਰਸ ਨੂੰ ਮਿਲਦੇ ਨੇ ਸੋ ਜਿਹੜੇ ਵੀ ਇੰਡੀਵਿਜੂਅਲ ਕੈਨੇਡਾ ਚਾਹੇ ਨੇ ਜਿਨ੍ਹਾਂ ਦਾ ਜਿਹੜੇ ਪਰਮਿਟ ਹੈਗਾ ਉਹ 6 ਮੰਥਸ ਦੀ ਵੈਲਿਡਿਟੀ ਹੈ ਉਹ ਤੋਂ ਬਿਯੋਂਡ ਹੈਗਾ ਤਾਂ ਉਹ ਆਪਣੇ ਸਪਾਊਸ ਤੇ ਬੱਚਿਆਂ ਨੂੰ ਇੱਥੇ ਬੁਲਾ ਸਕਦੇ ਨੇ ਪਰ ਹਾਲੇ ਐਗਰੀਕਲਚਰ ਸਟ੍ਰੀਮ ਲਈ ਇਹਨੂੰ ਇਹ ਐਪਲੀਕੇਬਲ ਨਹੀਂ ਹੈ ਇਟ ਮੀਨਸ ਜਿੰਨਾ ਚਿਰ ਸਰਕਾਰ ਇਹਨੂੰ ਫਾਰਮਲੀ ਨਹੀਂ ਅਨਾਉਂਸ ਕਰਦੀ ਉਨੀ ਦੇਰ ਇਹ ਆਪਣੇ ਜਿਹੜੇ ਸਪਾਊਸ ਤੇ ਬੱਚੇ ਨੂੰ ਐਜ਼ ਅ ਵਿਜ਼ਿਟਰ ਕੈਨੇਡਾ ਦਾਖਲ ਕਰਾ ਸਕਦੇ ਨੇ ਔਨ ਅ ਵਿਜ਼ਿਟਰ ਵੀਜ਼ਾ ਨਾਟ ਔਨ ਅ ਓਪਨ ਵਰਕ ਪਰਮਿਟ ਐਟ ਥਿਸ ਪੁਆਇੰਟ ਸਰਕਾਰ ਨੇ ਕਿਹਾ ਸੀ ਵੀ ਅਸੀਂ ਸਤੰਬਰ ਮਹੀਨੇ ਤੱਕ ਜਾਂ ਅਕਤੂਬਰ ਮਹੀਨੇ ਦੇ ਵਿੱਚ ਇਹ ਰੋਲ ਆਊਟ ਕਰਾਂਗੇ ਆ ਪਰ ਹੁਣ ਕਿਉਂਕਿ ਮਨਿਸਟਰ ਚੇਂਜ ਹੋ ਗਏ ਨੇ ਆਉਣ ਵਾਲੇ ਸਮੇਂ 'ਚ ਦੇਖਣਾ ਪਏਗਾ ਪਰ ਜਿਸ ਜਿਸ ਦਿਨ ਸਰਕਾਰ ਨੇ ਅਨਾਉਂਸ ਕਰਤਾ ਤਾਂ ਬਿਲਕੁਲ ਇਹ ਜਿਹੜਾ ਆਪਣੇ ਬੱਚਿਆਂ ਨੂੰ ਤੇ ਹਾਂਜੀ ਆ ਇਹਨਾਂ ਨੂੰ ਜਿਹੜਾ ਆਪਣਾ ਪਰਮਿਟ ਤਬਦੀਲ ਕਰਨਾ ਪਏਗਾ ਹਾਈ ਸਕਿਲਸ ਜਾਣਾ ਪਏਗਾ ਜਿੱਥੇ ਇਹ ਆਪਣੇ ਬੱਚੇ ਨੂੰ ਤੇ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਦਿਲਵਾ ਸਕਦੇ ਜੀ ਅਮਨ ਜੀ ਇੱਕ ਸਰਵੇ ਆਇਆ ਜਿਹੜਾ ਮੈਂ ਆਪਣੇ ਲਿਸਨਰਸ ਨਾਲ ਵੀ ਸ਼ੇਅਰ ਕਰ ਰਹੀ ਸੀਗੀ ਨਿਕ ਨੈਨੋਜ਼ ਨੇ ਨੈਨੋਜ਼ ਰਿਸਰਚ ਦੇ ਉਹਨਾਂ ਨੇ ਇਹ ਸਰਵੇ ਜਿਹੜਾ ਹੈਗਾ ਸ਼ੇਅਰ ਕੀਤਾ ਕਿ ਜਿਹੜੀਆਂ ਜਿਹੜਾ ਇਸ ਟਾਈਮ ਇਕਨੋਮਿਕ ਪ੍ਰੈਸ਼ਰ ਬਣਿਆ ਹੋਇਆ ਕੈਨੇਡੀਅਨਸ ਦੇ ਉੱਤੇ ਹਾਊਸਿੰਗ ਕ੍ਰਾਈਸਿਸ ਹੈਗਾ ਇੰਟਰਸਟ ਰੇਟ ਵਧ ਗਏ ਮਾਰਗੇਜਸ ਵਧ ਗਈਆਂ ਸ਼ਾਇਦ ਉਹਦਾ ਨਤੀਜਾ ਹੈ ਕਿ 55% ਕੈਨੇਡੀਅਨਸ ਨੇ ਇਸ ਪੋਲ ਦੇ ਵਿੱਚ ਕਿਹਾ ਕਿ ਉਹ ਘੱਟ ਇਮੀਗਰੈਂਟਸ ਇਸ ਵਾਰ ਕੈਨੇਡਾ ਦੇ ਵਿੱਚ ਵੇਖਣਾ ਚਾਹਣਗੇ ਘੱਟ ਇੰਟਰਨੈਸ਼ਨਲ ਸਟੂਡੈਂਟਸ ਵੇਖਣਾ ਚਾਹਣਗੇ ਕੀ ਕੈਨੇਡਾ ਦੀਆਂ ਹੁਣ ਨੀਤੀਆਂ ਹੋਣਗੀਆਂ 2025 ਤੱਕ ਦੀ ਜੇ ਆਪਾਂ ਗੱਲ ਕਰੀਏ ਹੁਣ ਤੋਂ ਲੈ ਕੇ ਕੁਝ ਟਾਰਗੇਟਸ ਹੈਗੇ ਨੇ ਕੁਝ ਨਵੀਆਂ ਨੀਤੀਆਂ ਹੈਗੀਆਂ ਜਾਂ ਕੀ ਕੀ ਰੁਝਾਨ ਰਹੂਗਾ ਜੀ ਬਿਲਕੁਲ ਇੱਕ ਸਿਸਟਮੈਟਿਕ ਫੇਲਰ ਹੈਗਾ ਗਵਰਨਮੈਂਟ ਦਾ ਯੈਸ ਜਿਹੜੀ ਪ੍ਰੋਗਰਾਮ ਦੇ ਇੰਟੈਂਟ ਨੇ ਜੇ ਸਰਕਾਰ ਉਹ ਤੋਂ ਡਿਵੀਏਟ ਕਰੇਗੀ ਮੈਂ ਸਟੂਡੈਂਟ ਵੀਜ਼ਾ ਦਾ ਐਗਜ਼ਾਮਪਲ ਲੈ ਲੈਣਾ ਇਹ ਐਨੀ ਨਾਖੁਸ਼ੀ ਤਾਂ ਆ ਹੈ ਕ੍ਰੀਡੈਂਸ਼ ਦੇ ਵਿੱਚ ਬਿਕੋਜ਼ ਸਟੂਡੈਂਟ ਜਿਹੜਾ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਉਹਦੇ ਇੱਕ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ ਉਹਨੂੰ ਮੀਟ ਕਰਕੇ ਉਹ ਦਾਖਲ ਹੁੰਦਾ ਉੱਥੋਂ ਹੀ ਉਹਦੀ ਸਹੀ ਇੰਟੈਂਟ ਵੀ ਐਸਟੈਬਲਿਸ਼ ਹੁੰਦੀ ਹੈ ਮੇਰਾ ਸਿੰਪਲ ਸ਼ਬਦਾਂ ਸਮਝਾਉਣਾ ਹੋਵੇ ਵੀ ਜਿਹੜੇ ਪਰਿਵਾਰ ਕਿਸੇ ਫੋਰਨ ਕੰਟਰੀ ਚ ਆਪਣੇ ਬੱਚੇ ਨੂੰ ਪੜਾਉਣਾ ਅਫੋਰਡ ਕਰਦੇ ਨੇ ਉਹਦੇ ਲਈ ਇਹ ਪ੍ਰੋਗਰਾਮ ਸੀ ਪਰ ਹੁਣੇ ਸਰਕਾਰ ਨੇ ਬਣਾਤਾ ਇੱਕ ਕਾਮਨ ਮੈਨ ਪrogਰਾਮ ਸੋ ਆਮ ਜਿਹੜਾ ਸੁਧਾਰਨ ਪਰਿਵਾਰ ਹੈ ਉਹ ਵੀ ਆਪਣੇ ਬੱਚੇ ਨੂੰ ਬਾਹਰ ਪੜਨ ਭੇਜ ਸਕਦਾ ਨਾ ਕੈਨੇਡਾ ਚ ਜਦੋਂ ਕੋਈ ਸਟਡੀ ਵੀਜ਼ਾ ਲੈਂਦਾ ਉਹਦਾ ਇੰਟੈਂਟ ਦੱਸਦਾ ਮੈਂ ਕੈਨੇਡਾ ਚ ਪੜਨ ਨਹੀਂ ਆ ਰਿਹਾ ਐਂਡ ਮੋਰਓਵਰ ਮੇਰੇ ਕੋਲ ਸਫੀਸ਼ੀਐਂਟ ਜਿਹੜੀ ਫੰਡਸ ਅਵੇਲੇਬਲ ਨੇ ਜਿਨ੍ਹਾਂ ਕੇ ਸਰਕਾਰ ਨੇ ਲਿਮਿਟ ਕਰਤੀ 10000 ਡਾਲਰ ਜੀਆਈਸੀ ਨਾ ਇਹ ਜਿਹੜਾ 10000 ਡਾਲਰ ਉਹਨਾਂ ਦੇ ਏਜੰਟਸ ਦਿਖਾ ਦਿੰਦੇ ਨੇ ਜਿਹੜਾ ਕਿ ਲੀਗਲ ਨਹੀਂ ਹੈ ਪਰ ਏਜੰਟਸ ਇੱਕ ਪੇਪਰਵਰਕ ਕ੍ਰੀਏਟ ਕਰਦੇ ਨੇ ਜਿੱਥੋਂ ਪੇਪਰ ਟ੍ਰੇਲ ਕ੍ਰੀਏਟ ਹੁੰਦੀ ਯਾ ਵੀ ਇੰਡੀਵਿਜੂਅਲ ਕੋ 10000 ਡਾਲਰ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ 10000 ਨੰਬਰ ਰੱਖਿਆ ਸਰਕਾਰ ਨੇ ਉਹ ਅਫੋਰਡੇਬਲ ਰੇਂਜ ਹੀ ਨਹੀਂ ਹੈਗੀ ਜੇ ਕਿਸੇ ਸਟੂਡੈਂਟ ਨੇ ਕੈਨੇਡਾ ਆਉਣਾ ਹੋਵੇ ਬਿਨਾ ਕੰਮ ਕਰੇ ਉਹ ਕਿਸ ਤਰ੍ਹਾਂ 10000 ਤੇ ਸਰਵਾਈਵ ਕਰੇਗਾ ਇਸੇ ਕਰਕੇ ਪ੍ਰੋਬਸ ਵਧ ਰਹੀਆਂ ਨੇ ਇਸੇ ਕਰਕੇ ਜਿਹੜੇ ਰੈਂਟ ਤੇ ਲੋਕਾਂ ਨੂੰ ਰੈਂਟ ਨਹੀਂ ਮਿਲ ਰਹੇ ਯੂ نو ਇਹ ਜਿਹੜੇ ਕਲਾਸ਼ਸ ਨੇ ਵਧ ਰਹੇ ਨੇ ਡੇ ਟੂ ਡੇ ਤੁਸੀਂ ਦੇਖੋਗੇ ਨਰਾਜ਼ਗੀ ਵਧੇਗੀ ਸਰਕਾਰ ਨੂੰ ਕੀ ਚਾਹੀਦਾ ਹੈ ਜੌਬ ਸੀਕਰ ਜੀ ਬਜਾਏ ਜੌਬ ਕ੍ਰੀਏਟਰਸ ਨੂੰ ਬੁਲਾਉਣ ਜਿਵੇਂ ਕਿ ਜਿਹੜੀਆਂ ਹੋਰ ਕੰਟਰੀਜ਼ ਨੇ ਦੁਬਈ ਆ ਉਹਨੇ ਰੇਗਿਸਤਾਨ ਦੇ ਵਿੱਚ ਕਿਵੇਂ ਇੱਕ ਸਿਟੀ ਡਿਵੈਲਪ ਕਰਤੀ ਜਿੱਥੇ ਸਾਰੀ ਦੁਨੀਆ ਦੇ ਵਿਅਕਤੀ ਉੱਥੇ ਜਾਣਾ ਚਾਹੁੰਦੇ ਨੇ ਉਹ ਇਸੇ ਕਰਕੇ ਕਰਤੀ ਉਹਨਾਂ ਨੇ ਡਿਜ਼ਾਇਰ ਕ੍ਰੀਏਟ ਕੀਤੀ ਕੈਨੇਡਾ ਹੈ ਜਾਂ ਮੁਲਕ ਹੈ ਜਿੱਥੇ ਬਹੁਤ ਸਟਰੋਂਗ ਡਿਜ਼ਾਇਰ ਸੀ ਪਰ ਉਹਨੇ ਇਮਪ੍ਰੈਸ਼ਨ ਇਹ ਜਾਂ ਬਣਾ ਲਿਆ ਜਿਹੜਾ ਲਾਈਨ 'ਚ ਬਿਲਕੁਲ ਲਾਸਟ ਖੜਾ ਉਹਨੂੰ ਕੈਨੇਡਾ ਬੁਲਾ ਲਿਆ ਜਿਹੜੇ ਜੌਬ ਕ੍ਰੀਏਟਰਸ ਨੇ ਉਨਾਲੀ ਕੈਨੇਡਾ ਚ ਉਹਨਾ ਟਫ ਕਰਤਾ ਜਿਵੇਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਿਹੜੇ ਇਨਵੈਸਟਰ ਪ੍ਰੋਗਰਾਮ ਚਲਾਈ ਹੋਈ ਸੀ ਸਰਕਾਰਾਂ ਨੇ ਜਿੱਥੇ ਉਹ 1.2 ਮਿਲੀਅਨ ਦੀ ਇਨਵੈਸਟਮੈਂਟ ਕਿਸੇ ਇੰਡੀਵਿਜੂਅਲ ਤੋਂ ਲੈਂਦੇ ਸੀ ਤੇ ਪੁੱਛਦੇ ਨਹੀਂ ਸੀ ਵੀ ਤੁਹਾਡੀ ਲੈਂਗੁਏਜ ਕੀ ਹੈ ਇਸੇ ਕਰਕੇ ਤੁਸੀਂ ਦੇਖਿਆ ਉਹ ਚਾਈਨੀਜ਼ ਮਾਈਗ੍ਰੇਸ਼ਨ ਕਿਵੇਂ ਹੋਈ ਸੀ ਹਾਂਗਕong ਤੋਂ ਮਾਈਗ੍ਰੇਸ਼ਨ ਕਿਵੇਂ ਹੋਈ ਸੀ ਪਰ ਸਰਕਾਰ ਨੇ ਉਹ ਪ੍ਰੋਗਰਾਮ ਟਰਮੀਨੇਟ ਕਰਤੇ ਉਹਦੀ ਬਜਾਏ ਇੱਕ ਪ੍ਰੋਗਰਾਮ ਵੱਖਰਾ ਚਲਾਤਾ ਜਿਵੇਂ ਸਟੂਡੈਂਟਸ ਦੀ ਗੱਲ ਕਰਦੇ ਆਪਾਂ 9 ਲੱਖ ਸਟੂਡੈਂਟ ਇਸ ਵਾਰ ਆਊਗਾ ਸੋ ਪਿਛਲੇ ਸਾਲ 5 ਲੱਖ 5 ਲੱਖ 550000 ਸਟੂਡੈਂਟ ਆਇਆ ਸੀ ਜਿੱਥੇ ਲੋਕ ਇਹਨੇ ਤਕਲੀਫ ਚ ਨੇ ਜਦੋਂ ਡਬਲ ਗਿਣਤੀ ਦੇ ਵਿੱਚ ਸਟੂਡੈਂਟ ਕੈਨੇਡਾ ਦੇ ਵਿੱਚ ਦਾਖਲ ਹੋਊਗਾ ਤਾਂ ਉਹਨਾਂ ਨੇ ਰਹਿਣਾ ਕਿੱਥੇ ਆਈ ਤੇ ਉਹ ਕਿਵੇਂ ਅਫੋਰਡ ਕਰਨਗੇ ਔਰ ਉਹਨਾਂ ਦੀ ਫਾਈਨੈਂਸ਼ੀਅਲ ਟੈਸਟ ਦੇ ਥਰੂ ਤਾਂ ਗੁਜ਼ਰ ਨਹੀਂ ਨਹੀਂ ਪਿਆ ਇਟ ਮੀਨਸ ਉਹ ਉਹ ਕੈਨੇਡਾ ਲਈ ਜਿਹੜੀ ਅਫੋਰਡੇਬਿਲਟੀ ਹੈ ਉਹ ਤਾਂ ਉਹਨਾਂ ਨੇ ਟੈਸਟ ਪਾਸ ਹੀ ਨਹੀਂ ਕੀਤਾ ਤਾਂ ਇਟ ਮੀਨਸ ਉਹ ਜੌਬ ਸੀਕਰਸ ਹੋਣਗੇ ਉਹਨਾਂ ਨੂੰ ਜੌਬ ਕੈਨੇਡਾ ਚ ਲੱਭਣੀ ਪੈਗੀ ਕਿਤੇ ਨਾ ਕਿਤੇ ਤੇ ਇਹਦੇ ਨਾਲ ਐਕਸਪਲੋਇਟੇਸ਼ਨ ਬਹੁਤ ਵਧੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਊਜ਼ ਤਾਂ ਰੋਜ਼ ਹੋਇਆ ਕਰਨਗੀ ਕਿਤੇ ਨਾ ਕਿਤੇ ਕਲਾਸ਼ਸ ਜਿਹੜੇ ਨੇ ਵਧਣਗੇ ਉਮੀਦ ਤਾਂ ਇਹੀ ਕਰਦੇ ਆ ਵੀ ਸਾਰਾ ਕੁਝ ਸਹੀ ਰਹੇ ਤੇ ਜਿਵੇਂ ਤੁਸੀਂ ਕਿਹਾ ਕਿ ਉਦਾਂ ਦੀਆਂ ਪਾਲਿਸਿਸ ਵੱਲ ਸਰਕਾਰ ਦਾ ਧਿਆਨ ਹੋਵੇ ਸਾਡੀ ਆਵਾਜ਼ ਉਹਨਾਂ ਤੇ ਤੱਕ ਪਹੁੰਚੇ ਤਾਂ ਕਿ ਇਦਾਂ ਦੀਆਂ ਪਾਲਿਸਿਸ ਜਿਹੜੀਆਂ ਘੜੀਆਂ ਜਾ ਸਕਣ ਥੈਂਕ ਯੂ ਸੋ ਮੱਚ ਫॉर ਯੂਅਰ ਟਾਈਮ ਅਮਨ ਫਾਟਾ ਥੈਂਕ ਯੂ ਥੈਂਕ डबल्यूसी इमीग्रेष्न तो अमन खैरा अमन भाजी जो नंबर अपना एक बार शेयर कर सको जी जी बिल्कुल सानू सरी ऑफिस कॉल किया जा सकता है सिक्स जीरो फोर फाइव नाइन एट फाइव 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 या फिर जरा एबसोड ऑफिस है सिक्स जीरो फोर एट फाइव टू फोर्टी फोर फोर्टी फोर या ट्रिपल डबल्यू डॉट सी डबल्यू सी कैनेडा डॉट कॉम भी जाके जी इनफोरमेन ली जा सकती है थैंक यू सो मच